ਚੋਭਵੀਂ ਕਹਾਣੀ ਯੋਹੰਨੇ ਯਿਸੂ ਜੋ ਬਤਿਸਮਾ ਦਿੱਤਾ। ਇਲੀਸ਼ਿਬਾ ਕਨੇ ਜ਼ਕਰਿਆਹ ਦਾ ਜਾਗਤ ਯੋਹੰਨਾ ਵੱਡਾ ਹੋਈ ਨੇ ਇੱਕ ਭਵਿਸ਼ਵਕਤਾ ਬਣ ਗਿਆ। ਸਹਿ ਇੱਕ ਸੁਨਸਾਨ ਜਗ੍ਹਾ 'ਚ ਰਹਿੰਦਾ ਥਾ, ਕਨੇ ਸਹਿ ਉਂਟੇ ਦੇ ਬਾਲਣ ਦੇ ਕੱਪੜੇ ਬਣਾਈ ਨੇ ਲਗਾਉਂਦਾ ਥਾ, ਕਨੇ ਆਪਣੇ ਲੱਕੇ 'ਚ ਚਮੜੇ ਦਾ ਪਟਕਾ ਬੰਨੀ ਰੱਖਦਾ ਥਾ, ਕਨੇ ਸਹਿ ਟਿੱਡੀਆਂ ਕਨੇ ਜੰਗਲੀ ਮਖੀਰ ਖਾਂਦਾ ਥਾ। ਮਤੇ ਲੋਕ ਯੋਹੰਨੇ ਦੀਆਂ ਗੱਲਾਂ ਜੋ ਸੁਣਨੇ ਤਾਈਂ ਸੁਨਸਾਨ ਜਗ੍ਹਾ 'ਚ ਆਏ ਉੱਥੇ ਯੋਹੰਨੇ ਤਿਨ੍ਹਾਂ ਨੇ ਗਲਾਇਆ, ਆਪਣੇ ਮਨ ਬਦਲਾ ਕਨੇ ਆਪਣੇ ਪਾਪਾਂ 'ਤੇ ਪਛਤਾਪ ਕਰਾ, ਕਜੋ ਕਿ ਸਵਰਗੇ ਦਾ ਰਾਜ ਨੇੜੇ ਆਈ ਗਿਆ ਹੈ। ਜਾਲੂ ਲੋਕਾਂ ਯੋਹੰਨੇ ਦੇ ਸੰਦੇਸ਼ ਜੋ ਸੁਣਿਆ ਤਾਂ ਮਤਿਆਂ ਲੋਕਾਂ ਆਪਣਾ ਮਨ ਬਦਲਿਆ, ਕਨੇ ਆਪਣੇ ਪਾਪਾਂ 'ਤੇ ਪਛਤਾਪ ਕੀਤਾ, ਕਨੇ ਤਿਸ 'ਤੇ ਬਤਿਸਮਾ ਲਿਆ। ਯੋਹੰਨੇ ਜੋ ਦਿਖਣਾ ਮਤੇ ਯਹੂਦੀ ਅਗਵੇ ਆਏ, ਅਪਰ ਤਿਨ੍ਹਾਂ ਆਪਣਾ ਮਨ ਨਹੀਂ ਬਦਲਿਆ, ਕਨੇ ਨਾ ਆਪਣੇ ਪਾਪਾਂ 'ਤੇ ਪਛਤਾਪ ਕੀਤਾ। ਯੋਹੰਨੇ ਯਹੂਦੀ ਅਗਵਾ ਨੇ ਗਲਾਇਆ, ਉਹ ਸਰਪੇ ਸਾਈਏ ਜ਼ਹਿਰੀਲੇ ਲੋਕੋ, ਆਪਣੇ ਪਾਪਾਂ 'ਤੇ ਪਛਤਾਪ ਕਰਾ, ਕਨੇ ਆਪਣੇ ਮਨੇ ਬਦਲਾ। ਹੁਣ ਗੱਲ ਇਹ ਕਿ ਪਰਮਾਤਮਾ ਹਰ ਇੱਕੀ ਜੋ ਜਿਹੜਾ ਆਪਣੇ ਪਾਪਾਂ 'ਤੇ ਪਛਤਾਪ ਨਹੀਂ ਕਰਨਾ ਚਾਹੁੰਦਾ ਹੈ, ਜਿਸਨੂੰ ਸਜ਼ਾ ਦੇਣੇ ਤਾਈਂ ਬਿਲਕੁਲ ਤਿਆਰ ਹੈ। ਠੀਕ ਤੀਆਂ ਹੀ ਜਿਉਂ ਕੋਈ ਰੁੱਖ ਖਰਾ ਫਲ ਨਹੀਂ ਦਿੰਦਾ, ਕਨੇ ਤਿਸਨੂੰ ਵੱਢੀ ਕਰੀ ਅੱਗੀ 'ਚ ਫੂਕੀ ਦਿੰਦੇ ਹਨ। ਯੋਹੰਨੇ ਸਹਿ ਪੂਰਾ ਕੀਤਾ ਜਿਹੜਾ ਯਹਸਾਹਾ ਭਵਿਸ਼ਯ ਵਕਤਾ ਦੀਆਂ ਕਿਤਾਬਾਂ 'ਚ ਲਿਖਿਆ ਥਾ, ਦਿਖ ਮੈਂ ਬੜੀ ਤੋਲੀ ਤੀਜੋ ਤੇ ਪਹਿਲੇ ਆਪਣੇ ਸੰਦੇਸ਼ ਦੇਣੇ ਵਾਲੇ ਜੋ ਖਲਗਾ, ਜਿਹੜਾ ਤੀਜੋ ਤਾਈਂ ਲੋਕਾਂ ਦੇ ਮਨਾਂ ਜੋ ਤਿਆਰ ਕਰਗਾ। ਕੁਛ ਯਹੂਦੀ ਅਗਵਾ ਯੋਹੰਨੇ ਤੇ ਪੁੱਛਿਆ ਕਿ ਕਿਆ ਤੂੰ ਸਹਿ ਮਸੀਹ ਹੈ? ਯੋਹੰਨੇ ਜਵਾਬ ਦਿੱਤਾ, ਮੈਂ ਮਸੀਹ ਨਹੀਂ ਹੈ, ਅਪਰ ਜਿਹੜਾ ਮੇਰੇ ਬਾਅਦ ਆਉਣੇ ਵਾਲਾ ਹੈ ਸਹਿ ਮਿੰਜੋ ਤੇ ਬੜਾ ਸਮਰਥੀ ਹੈ, ਮੈਂ ਤਿਸ ਦੀਆਂ ਜੁੱਤੀਆਂ ਚੁੱਕਣੇ ਜੋਗਾ ਵੀ ਨਹੀਂ ਹੈ। ਦੋਵੇਂ ਦਿਨੇ ਯਿਸੂ ਗਲੀਲ ਪ੍ਰਦੇਸ਼ ਤੇ ਯਰਦਨ ਨਦੀਆ ਕਿਨਾਰੇ ਯੋਹੰਨੇ ਵਾਲੀ ਬਤਿਸਮਾ ਲੈਣ ਆਇਆ। ਜਲ ਯੋਹੰਨੇ ਤਿਸਨੂੰ ਦਿਖਿਆ ਤਾਂ ਤਿੰਨੀ ਗਲਾਇਆ, ਦਿਖਾ ਇਹ ਪਰਮਾਤਮੇ ਦਾ ਮੇਮਨਾ ਹੈ ਜਿਹੜਾ ਆਪਣਾ ਬਲਿਦਾਨ ਦੇਈ ਕਰੀ ਸੰਸਾਰੇ ਦੇ ਪਾਪ ਜੋ ਆਪੋ ਉੱਪਰ ਲਈ ਲੈਂਦਾ ਹੈ। ਅਪਰ ਯੋਹੰਨਾ ਇਹ ਗਲਾਈ ਨੇ ਤਿਸਨੂੰ ਰੋਕਣਾ ਲੱਗਾ, ਮਿੰਜੋ ਤਾਂ ਤੇਰੇ ਹੱਥੇ ਤੇ ਬਤਿਸਮਾ ਲੈਣੇ ਦੀ ਜ਼ਰੂਰਤ ਹੈ, ਕਨੇ ਤੂੰ ਮਿੰਜੋ ਅੱਲੀ ਆਇਆ। ਇਸਮੇ ਤਿਸਨੇ ਗਲਾਇਆ, ਹੁਣ ਤਾਂ ਮੈਂ ਤੀਜੇ ਤੇ ਬਤਿਸਮਾ ਲੈਣਾ ਹੈ, ਕਜੋ ਕਿ ਅਹਾਂ ਜੋ ਇਵੇਂ ਹੀ ਪਰਮਾਤਮੇ ਦੀ ਇੱਛਾ ਜੋ ਪੂਰਾ ਕਰਨਾ ਹੈ। ਤਲ ਯੋਹੰਨੇ ਤਿਸਨੂੰ ਬਤਿਸਮਾ ਦਿੱਤਾ, ਬਲਕਿ ਇਸਮੇ ਕਦੀ ਪਾਪ ਨਹੀਂ ਕੀਤਾ ਥਾ। ਬਤਿਸਮਾ ਲੈਣੇ ਤੇ ਬਾਅਦ ਜਲ ਯਿਸੂ ਪਾਣੀ ਤੇ ਨਿਕਲੀ ਕਰੀ ਬਾਹਰ ਆਇਆ ਤਾਂ ਪਰਮਾਤਮੇ ਦਾ ਆਤਮਾ ਕਬੂਤਰੇ ਸਾਈਏ ਆਇਆ, ਕਨੇ ਤਿਸ ਪਰ ਆਈ ਗਿਆ। ਪਰਮਾਤਮਾ ਸਵਰਗੇ ਤੇ ਗੱਲ ਕੀਤੀ, ਕਨੇ ਗਲਾਇਆ, ਤੂੰ ਮੇਰਾ ਪਿਆਰਾ ਪੁੱਤਰ ਹੈ, ਮੈਂ ਤੀਜੋ ਨੇ ਪਿਆਰ ਕਰਦਾ ਹੈ, ਕਨੇ ਮੈਂ ਤੀਜੋ ਤੇ ਬੜਾ ਖੁਸ਼ ਹੈ। ਪਰਮਾਤਮਾ ਯੋਹੰਨੇ ਨੇ ਗਲਾਇਆ ਥਾ, ਜਿਸ ਪਰ ਪਵਿੱਤਰ ਆਤਮਾ ਆਊਂਗਾ ਤਿਸੇ ਤੂੰ ਬਤਿਸਮਾ ਦੇਂਗਾ, ਸਹਿ ਹੀ ਪਰਮਾਤਮੇ ਦਾ ਪੁੱਤਰ ਹੈ, ਪਰਮਾਤਮਾ ਇੱਕੋ ਹੀ ਹੈ। ਅਪਰ ਜਾਲੂ ਯੋਹੰਨੇ ਈਸਵੇ ਜੋ ਬਤਿਸਮਾ ਦਿੱਤਾ, ਤਾਲੂ ਤਿੰਨੀ ਪਿਤਾ ਪਰਮਾਤਮੇ ਜੋ ਗੱਲਾਂ ਕਰਦੇ ਸੁਣਿਆ, ਪੁੱਤਰਾ ਪਰਮਾਤਮੇ ਜੋ ਦੇਖਿਆ ਹੈ ਜਿਹੜਾ ਕਿ ਈਸੂ ਹੈ, ਕਨੇ ਤਿੰਨੀ ਪਵਿੱਤਰ ਆਤਮਾ ਜੋ ਦੇਖਿਆ ਹੈ